ਸਾਡੇ ਜੀ ਫਤਿਹਗੜ੍ਹ ਸਾਹਿਬ ਦੇ ਥਾਣੇ ਦੇ ਏਰੀਆ ਦੇ ਵਿੱਚ ਦਲੀਚੀ ਮਹੱਲਾ ਹੈ, ਉੱਥੇ ਸੀਰਤ ਮਹੰਤੋ ਨਹੀਂ ਰਹਿੰਦੇ ਨੇ। ਉਹਨਾਂ ਦੇ ਘਰੇ 15-16 ਤਰੀਕ ਦੀ ਦਰਮਿਆਨੀ ਰਾਤ ਨੂੰ ਚੋਰੀ ਹੋਈ ਸੀ। ਅਸੀਂ ਇਹਦਾ ਉਹ ਜਿਵੇਂ ਸਾਡੇ ਕੋਲ 16 ਨੂੰ ਆਈ ਸੀ, ਅਸੀਂ ਵੈਰੀਫਾਈ ਕਰਕੇ 97 ਨੰਬਰ FIR ਦਿੱਤੀ ਸੀ ਅਸੀਂ। ਉਹਨਾਂ ਨੇ 22 ਨੇਮ FIR, ਉਹਨਾਂ ਕੋਲ ਪਹਿਲਾਂ ਇੱਕ ਬੰਦਾ ਪ੍ਰਦੀਪ ਕੁਮਾਰ ਉਹਨਾਂ ਕੋਲ ਕੰਮ ਕਰਦਾ ਸੀ, ਉਹਨਾਂ ਦੀ ਹੈਲਪ ਕੰਮ ਕਰਦਾ ਸੀ, ਉਹ ਕੰਮ ਛੱਡ ਗਿਆ ਸੀਗਾ, ਤਾਂ ਉਹਨਾਂ ਨੂੰ ਉਹਦੇ 'ਤੇ ਸ਼ੱਕ ਸੀਗਾ। ਉਹਦੇ 'ਤੇ 22 ਨੇਮ FIR ਹੋਈ ਸੀ। 97 ਨੰਬਰ FIR 331-4 ਅਤੇ 305 BNS ਤਹਿਤ ਹੋਈ ਸੀ। ਇਹਦੇ 'ਚ ਉਦਣ ਤੋਂ ਹੀ ਸਾਡੀਆਂ ਟੀਮਾਂ ਲੱਗੀਆਂ ਹੋਈਆਂ ਸੀ। ਇੰਸਪੈਕਟਰ ਮਨਪ੍ਰੀਤ ਹੋਣੀ, SHO ਫਤਿਹਗੜ੍ਹ ਸਾਹਿਬ, ਇਹ ਅਤੇ ਇਹਨਾਂ ਦੀ ਟੀਮ ਨੇ ਬਹੁਤ ਮਿਹਨਤ ਕੀਤੀ। ਇਹਨਾਂ ਨੇ ਪ੍ਰਦੀਪ ਕੁਮਾਰ ਨੂੰ ਪਹਿਲਾਂ ਅਰੈਸਟ ਕਰ ਲਿਆ ਸੀ, ਅਤੇ ਪ੍ਰਦੀਪ ਕੁਮਾਰ ਦਾ ਅਸੀਂ ਰਿਮਾਂਡ ਲੈ ਕੇ ਅੱਗੇ ਤਫਤੀਸ਼ 'ਚ ਗੱਲ ਸਾਹਮਣੇ ਆਈ ਸੀ ਕਿ ਇਹਨੇ ਜਿਹੜਾ ਸੋਨੇ ਦੇ ਗਹਿਣੇ ਅਤੇ ਜੋ ਚੋਰੀ ਕੀਤਾ, ਇਹਨੇ ਆਪਣੇ ਸਾਥੀ ਗੁਰਦੀਪ ਸਿੰਘ ਰਾਜਪੁਰੇ ਦਾ ਹੈਗਾ, ਉਹਦੇ ਕੋਲ ਇਹਨੇ ਰੱਖਿਆ ਹੋਇਆ। ਕੱਲ੍ਹ ਇਹਨਾਂ ਨੇ ਬਹੁਤ ਟੈਕਨੀਕਲੀ ਸਾਰੀ ਡਿਟੇਲਸ ਲੈ ਕੇ ਮਿਹਨਤ ਕਰਕੇ ਕੱਲ੍ਹ ਗੁਰਦੀਪ ਨੂੰ ਅਰੈਸਟ ਕੀਤਾ, ਅਤੇ ਕੱਲ੍ਹ ਅਤੇ ਅੱਜ ਜਿਹੜੀ ਦਰਮਿਆਨੀ ਰਾਤ 'ਚ ਇਹਨਾਂ ਨੇ ਜਿਹੜਾ ਚੋਰੀ ਦਾ ਸਮਾਨ ਰਿਕਵਰ ਕਰ ਲਿਆ। ਟੋਟਲ ਰਿਕਵਰੀ ਸਾਡੇ ਕੋਲ ਹੈਗੀ ਹੈ, ਇੱਕ ਗੋਲਡ ਚੇਨ ਹੈ ਲੋਕਟ ਸਮੇਤ, ਇੱਕ ਗੋਲਡ ਬ੍ਰੈਸਲੇਟ ਹੈ, ਇੱਕ ਡਾਇਮੰਡ ਨੈਕਲੈਸ ਸੈੱਟ ਹੈ, 6 ਡਾਇਮੰਡ ਰਿੰਗਸ ਨੇ, 3 ਗੋਲਡ ਰਿੰਗਸ ਨੇ, ਅਤੇ 3 ਜੋੜੇ ਗੋਲਡ ਦੇ ਟੋਪਸ ਨੇ। ਅਤੇ ਬਾਕੀ ਹਲੇ ਨਕਦੀ ਵਗੈਰਾ ਵੀ ਬਰਾਮਦ ਹੋਈ? ਨਹੀਂ, ਨਕਦੀ ਕੋਈ ਬਰਾਮਦ ਨਹੀਂ ਹੋਈ ਜੀ। ਨਕਦੀ ਹਲੇ ਉਹਨਾਂ ਨੇ ਵੀ ਸਾਨੂੰ ਚੋਰੀ ਦੱਸਿਆ ਨਹੀਂ ਕਿ ਉਹ ਨਕਦੀ ਹਲੇ ਰਹਿੰਦੀ ਹੈ, ਕੁਛ 2 ਆਈਟਮ ਰਹਿੰਦੀਆਂ ਨੇ। ਹਾਂਜੀ, ਸੋਨਾ ਜੀ ਜਿਹੜਾ ਗੁਰਦੀਪ ਸਿੰਘ ਉਹਨਾਂ ਦਾ ਘਰ ਹੈ ਉੱਥੇ ਰਾਜਪੁਰੇ, ਸ਼ਹੀਦ ਬਾਬਾ ਦੀਪ ਸਿੰਘ ਕਾਲਜ, ਉੱਥੋਂ ਸਾਰੀਆਂ ਸਾਡੀਆਂ ਟੀਮਾਂ ਲੈ ਕੇ ਉੱਥੋਂ ਰਿਕਵਰ ਕਰਦੇ। ਨਹੀਂ ਹਲੇ ਜੀ, ਉਹਨਾਂ ਨੂੰ ਵੀ ਐਕਚੁਅਲੀ ਬੇਸਿਕਲੀ ਜਿਹਨਾਂ ਦੇ ਚੋਰੀ ਹੋਈ ਹੈ ਉਹ ਵੀ ਆਪਣਾ ਹਲੇ ਸਮਾਨ ਕੈਲਕੂਲੇਟ ਕਰ ਰਹੇ ਹਾਂ। ਵੈਸੇ ਮੋਰ ਔਰ ਲੈਸ ਸਾਰਾ ਸਮਾਨ ਰਿਕਵਰ ਹੋ ਗਿਆ, ਕੋਈ 1-2 ਹੋਰ ਕੋਈ ਆਈਟਮ ਰਹਿ ਗਏ। ਹਲੇ ਵੀ ਸਾਡੀ ਕੋਸ਼ਿਸ਼ ਹੈ, ਅਸੀਂ ਅੱਜ ਇਹਨਾਂ ਦਾ ਰਿਮਾਂਡ ਲੈ ਕੇ ਅੱਗੇ ਆਪਣੀ ਤਫਤੀਸ਼ ਚਲਾ। ਪਹਿਲਾਂ ਵੀ ਤੁਹਾਨੂੰ ਮੁਕੱਦਮਾ ਦਰਜ ਹੈ ਨਾ ਜੀ? ਹਲੇ ਤੱਕ ਸਾਡੀ ਇਹ ਬੇਸਿਕਲੀ ਜਿਹੜਾ ਪ੍ਰਦੀਪ ਕੁਮਾਰ ਹੈ, ਇਹ ਪਿੱਛੋਂ ਸੋਨੀਪਤ ਦਾ ਹਰਿਆਣਾ ਦਾ, ਅਸੀਂ ਉੱਥੇ ਪੁਲਿਸ ਨਾਲ ਟਾਈਅਪ ਕੀਤਾ ਹੈ ਕਿ ਸਾਨੂੰ ਕੋਈ ਪਹਿਲਾਂ ਇਹਦੇ ਪਹਿਲਾਂ ਕੋਈ ਮੁਕੱਦਮਾ ਹੈ ਕਿ ਨਹੀਂ ਹੈ। ਹਲੇ ਤੱਕ ਸਾਡੀ ਤਫਤੀਸ਼ 'ਚ ਕੋਈ ਗੱਲ ਆਈ ਨਹੀਂ ਕਿ ਇਹਦੇ 'ਤੇ ਕੋਈ ਮੁਕੱਦਮਾ ਹੋਵੇ। ਇਹਨਾਂ ਦੀ ਪਹਿਲਾਂ ਕੰਮ ਕਰਦੇ ਸੀ ਨਾਲ? ਪਹਿਲਾਂ ਇਹਨਾਂ ਦਾ ਹੀ ਕਰਦਾ ਸੀ, ਇਹ ਦੱਸਦਾ ਇਹ ਨਾ ਲਾਸਟ ਈਅਰ ਦਸੰਬਰ 'ਚ ਲੱਗਿਆ ਸੀਗਾ, ਇਹਨੇ ਤਕਰੀਬਨ 5-6 ਮਹੀਨੇ ਕੰਮ ਕੀਤਾ, ਫਿਰ ਕੰਮ ਛੱਡ ਗਿਆ ਸੀਗਾ, ਹੁਣ ਫਿਰ ਇਹਨਾਂ ਕੋਲ ਵਾਪਸ ਆ ਗਿਆ ਸੀਗਾ। ਕੀ ਕੰਮ ਕਰਦਾ ਇਹਨਾਂ ਦੇ? ਜਿਵੇਂ ਮਤਲਬ ਐਜ਼ ਅ ਹੈਲਪ ਕੰਮ ਕਰਦਾ ਸੀ, ਜਿਵੇਂ ਘਰ ਟੂਟੀ ਵਗੈਰਾ ਬਣਾਉਂਦਾ ਸੀ। ਚੋਰੀ ਕਰਨ ਪਤਾ ਲੱਗਿਆ ਕਿਉਂ ਕੀਤੀ ਸੀ? ਉਹਨਾਂ ਕੋਈ ਰੰਜਿਸ਼ ਸੀ ਜਾਂ ਕੋਈ ਗੱਲਬਾਤ ਹੋਈ ਸੀ ਸਾਹਮਣੇ? ਨਹੀਂ, ਕੋਈ ਰੰਜਿਸ਼ ਵਾਲੀ ਗੱਲ ਸਾਹਮਣੇ ਨਹੀਂ ਆਈ। ਚੋਰੀ ਦਾ ਕਾਰਨ ਇਹੀ ਸੀਗਾ, ਈਜ਼ੀ ਮਨੀ, ਪੈਸੇ ਕਮਾਉਣਾ ਚਾਹੁੰਦਾ।